ਬਲਾਚੌਰ ਦੇ ਪਿੰਡ ਮੋੜ ਮਾਜਰਾ ਦੇ ਨਿਵਾਸੀਆਂ ਨੇ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ। ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਰਜਨੀ ਰਾਣੀ ਨੂੰ ਸਰਪੰਚ ਅਤੇ ਪੰਚ ਦੇ ਮੈਂਬਰਾਂ ਵਿੱਚ ਰਤਨ ਚੰਦ, ਜਸਵੀਰ ਕੁਮਾਰ, ਬਲਜੀਤ ਕੌਰ, ਮਨਜੀਤ ਕੌਰ, ਰਾਕੇਸ਼ ਕੁਮਾਰ ਨੂੰ ਪੰਚ ਚੁਣਿਆ ਗਿਆ। ਇਸ ਮੌਕੇ ਨਿਯੁਕਤ ਹੋਈ ਪਿੰਡ ਦੀ ਨਵੀਂ ਪੰਚਾਇਤ ਨੇ ਵਿਸ਼ਵਾਸ ਦਿੱਤਾ ਕਿ ਪਿੰਡ ਦੇ ਰੁਕੇ ਹੋਏ ਵਿਕਾਸ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਅਤੇ ਪਿੰਡ ਵਿੱਚ ਕਿਸੇ ਕਿਸਮ ਦੀ ਧੜੇਬੰਦੀ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਪਿੰਡਾਂ ਵਿੱਚ ਵੱਧ ਤੋਂ ਵੱਧ ਸਰਬਸੰਮਤੀ ਨਾਲ ਪੰਚਾਇਤਾਂ ਚੁਣ ਕੇ ਆਪਣੇ ਪਿੰਡਾਂ ਦੀ ਭਾਈਚਾਰਕ ਦੀ ਸਾਂਝ ਨੂੰ ਵਧਾਉਣ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ। ਸਰ, ਅੱਜ ਜਿਹੜੀ ਹੈ ਤੁਹਾਡੀ ਮੋਹਣ ਮਾਜਰੇ ਪੰਚਾਇਤ ਹੋਈ ਹੈ ਸਰਬਸੰਮਤੀ ਨਾਲ, ਇਹਦੇ ਵਾਸਤੇ ਤੁਸੀਂ ਕਿਆ ਸੁਨੇਹਾ ਦੇਣਾ ਚਾਹੁੰਦੇ? ਬਾਕੀ ਲੋਕ ਹੈ ਜਿਹੜੇ ਤੇ ਪਿੰਡ ਵਾਸੀਆਂ ਨੂੰ ਕਿਆ ਕਹਿਣਾ ਚਾਹੁੰਦੇ ਆ? ਪਿੰਡ ਵਾਸੀਆਂ ਨੂੰ ਤਾਂ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਰਿਆਂ ਨੇ ਆਪਸ ਵਿੱਚ ਵੀ ਰਲ ਕੇ ਕਿਸੇ ਪਾਰਟੀਬਾਜ਼ੀ ਨੂੰ ਨਹੀਂ ਅੱਗੇ ਮੂਹਰੇ ਰੱਖਿਆ ਹੈ ਅਤੇ ਆਪਣਾ ਸਰਬਸੰਮਤੀ ਦੇ ਨਾਲ ਪਿੰਡ ਦਾ ਜਿਹੜਾ ਨੁਮਾਇੰਦਾ ਚੁਣਿਆ ਸਰਪੰਚ, ਅਤੇ ਅਸੀਂ ਬਾਕੀ ਇਲਾਕੇ ਦੇ ਵਿੱਚ ਵੀ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਭਾਈ ਭਾਈ ਆਪਣੀ ਪਿੰਡ ਦੀ ਘਰ ਦੀ ਸਾਂਝ ਬੰਨ੍ਹ ਰੱਖਣੀ ਹੈ ਤਾਂ ਤੁਸੀਂ ਬੈਠੀਆਂ ਪੰਚਾਇਤਾਂ ਬਣਾਓ ਅਤੇ ਇਹਦੇ ਵਿੱਚ ਬਹੁਤ ਬੜੀ ਦੇਣ ਹੈ ਇਸ ਚੀਜ਼ ਦੀ ਅਤੇ ਸਾਰਿਆਂ ਨੂੰ ਇਹ ਬਹੁਤ ਖੁਸ਼ੀ ਦੀ ਗੱਲ ਹੈ। ਚੌਰੀ ਸਾਹਿਬ, ਤੁਸੀਂ ਅੱਜ ਬਾਰੇ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ? ਮੈਂ ਕਿਹਾ ਜੀ, ਬਹੁਤ ਹੀ ਸਤਿਕਾਰਯੋਗ ਸਾਡੇ ਮਾਸੜ ਨੰਦ ਲਾਲ ਜੀ ਜਿਨ੍ਹਾਂ ਦੇ ਬੇਟਿਆਂ ਨੂੰ ਅੱਜ ਬੈਠਿਆਂ ਨੂੰ ਸਰਪੰਚੀ ਦਿੱਤੀ ਹੈ ਅਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ। ਜਿਹੜੇ ਸਾਡੇ ਭਰਾ ਇਹਨਾਂ ਦੇ ਵਿਰੋਧੀ ਧਿਰ 'ਚ ਖੜ੍ਹੇ ਤੇ ਉਹ ਬਿੰਦਰ ਜੀ ਜਿਨ੍ਹਾਂ ਨੇ ਅੱਜ ਬਿੰਦਰ ਜੀ ਔਰ ਲੱਕੀ ਜੀ ਉਹ ਜਿਨ੍ਹਾਂ ਨੇ ਸਾਨੂੰ ਇਹ ਸਮਰਥਨ ਦੇ ਕੇ ਆਪਣਾ ਆਪ ਸਾਰਾ ਕੁਝ ਤਿਆਗ ਕੇ ਨਗਰ ਦੀ ਸੇਵਾ ਦੇ ਵਿੱਚ ਹਿੱਸਾ ਪਾਇਆ, ਅਸੀਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ। ਸਭ ਤੋਂ ਪਹਿਲਾਂ ਵਧਾਈ ਦੇ ਪੱਤ ਮੇਰੇ ਭਰਾ ਹਨ, ਉਹ ਤੋਂ ਬਾਅਦ ਸਰਪੰਚ ਜੀ ਹਨ, ਬਾਕੀ ਨਗਰ ਸਾਰਾ ਹੀ ਖੁਸ਼ ਹੈ। ਮੈਂ ਸਾਰੇ ਪਿੰਡਾਂ ਨੂੰ ਸੁਨੇਹਾ ਦਿੰਦਾ ਵੀ ਸਾਰਿਆਂ ਪਿੰਡਾਂ ਸਰਬਸੰਮਤੀ ਦੇ ਨਾਲ ਜਿਹੜੀ ਸਰਪੰਚੀ ਹੋਣੀ ਚਾਹੀਦੀ ਹੈ, ਇਹਦੇ ਵਿੱਚ ਸਾਰਿਆਂ ਦੀ ਇੱਜ਼ਤ ਹੈ, ਸਾਰਿਆਂ ਦਾ ਇਕੱਠ ਹੈ, ਸਾਰਿਆਂ ਦਾ ਪਿਆਰ ਹੈ, ਇੱਦਾਂ ਵਾਧਾ ਰਹੇ। ਅੱਜ ਭਾਈ ਜਿਹੜੀ ਹੈ ਤੁਹਾਡੀ ਪੰਚਾਇਤ ਬਣੀ ਹੈ ਪਿੰਡ ਮੋਹਣ ਮਾਜਰੇ ਦੀ, ਇਹ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਪਿੰਡ ਵਾਸੀਆਂ ਨੂੰ ਅਤੇ ਜਿਹੜੇ ਹੋਰ ਲੋਕ ਵੀ ਇਲੈਕਸ਼ਨ ਲੜ ਰਹੇ ਨੇ? ਅਸੀਂ ਸਾਰੇ ਪਿੰਡ ਨੂੰ ਇਸ ਗੱਲ ਦੀ ਵਧਾਈ ਦਿੰਦੇ ਹਾਂ। ਸਾਡੇ ਮੋਹਣ ਲਾਲ ਸਰਪੰਚ ਜਿਨ੍ਹਾਂ ਨੇ 25 ਸਾਲ ਇਸ ਪਿੰਡ ਦੀ ਨੁਮਾਇੰਦਗੀ ਕੀਤੀ ਹੈ ਔਰ ਸਰਬਸੰਮਤੀ ਨਾਲ, ਅਸੀਂ ਇਸ ਗੱਲ ਦੇ ਸਾਰੇ ਉਸ ਗੱਲ ਨੂੰ ਸਿਰੇ ਚੜ੍ਹਾਉਂਦੇ ਹੋਏ ਬੈਠੀ ਪੰਚਾਇਤ ਬਣਾ ਕੇ ਸਰਬਸੰਮਤੀ ਨਾਲ ਔਰ ਪਿੰਡ ਵਿੱਚ ਕੋਈ ਅਮਨ ਸ਼ਾਂਤੀ ਨਾਲ ਔਰ ਪਿੰਡ ਦੀ ਸਾਂਝਾ ਔਰ ਏਕਤਾ ਰੱਖਣ ਵਾਸਤੇ, ਕਿਉਂਕਿ ਇੱਥੇ ਹਰ ਇੱਕ ਪਿੰਡ ਨੂੰ ਦੁੱਖ ਸੁੱਖ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ, ਉਸ ਮੁਸ਼ਕਲਾਂ ਨੂੰ ਦੂਰ ਕਰਨ ਵਾਸਤੇ ਅਸੀਂ ਪਿੰਡ ਦੀ ਏਕਤਾ ਦੇ ਨਾਲ ਸਾਂਝਾ ਦੇ ਨਾਲ ਅਸੀਂ ਸਰਬਸੰਮਤੀ ਨਾਲ ਪੰਚਾਇਤ ਬਣਾਇਆ, ਸਰਪੰਚ ਚੁਣਿਆ।
ਸਮੇਂ ਦੇ ਨਾਲ ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰਫ ਸੀਮਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ। ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ NRI ਵੀਰ ਵੱਲੋਂ। ਉਹਨਾਂ ਨੇ ਜਿਹੜਾ ਆ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਆ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਅੱਜ ਦੇ ਵਾਤਾਵਰਨ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਇੱਥੇ ਬਲੌਕ ਤਿਆਰ ਕੀਤੇ ਜਾਂਦੇ ਆ। ਆਹ ਜਿਹਦੇ ਕੋਲ ਆਪਾਂ ਖੜੇ ਹਾਂ ਇਹਨੂੰ ਅਸੀਂ ਕਹਿੰਦੇ ਹਾਂ ਜੀ 6 ਇੰਚੀ ਬਲੌਕ। ਅੱਛਾ ਜੀ। ਅਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਅਤੇ 6 ਇੰਚ ਇਹਦੀ ਇੱਧਰ ਨੂੰ ਚੜਾਈ ਆ ਅਤੇ 6 ਇੰਚ ਉਚਾਈ ਆਪਾਂ ਨੂੰ ਲਗਭਗ 3.5-4 ਟਨ ਕਵਰ ਕਰ ਜਾਂਦਾ ਇੱਕ ਬਲੌਕ। ਅੱਛਾ ਜੀ। ਹਾਂਜੀ। ਅਤੇ ਦੂਜੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਆਪਾਂ ਘਰ ਬਣਾ ਰਹੇ ਹਾਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰਜ਼ੀ ਪੈਸੇ ਲਾਉਂਦੇ ਹਾਂ 2 ਸਾਲ ਬਾਅਦ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਹਾਂ ਚਾਹੇ ਬਲੌਕ ਯੂਜ਼ ਕਰਦੇ ਹਾਂ ਇਹ 'ਚ ਕੋਈ ਇੱਦਾਂ ਦੀ ਦਿੱਕਤ ਨਹੀਂ ਹੈਗੀ। ਅਤੇ ਦੂਸਰਾ ਇਹ ਆ ਕਿ ਆਪਣਾ ਇਹ 'ਚ ਮਟੀਰੀਅਲ ਸੇਵ ਹੋਊਗਾ ਜਿਵੇਂ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿੱਦਾਂ ਰੇਤਾ ਯੂਜ਼ ਕਰਦੇ ਹਾਂ ਆਪਾਂ ਜਾਂ ਸੀਮਿੰਟ ਯੂਜ਼ ਕਰਦੇ ਹਾਂ ਅਤੇ ਉਹ ਸਾਰਾ ਆਪਣਾ ਸੇਵ ਹੋਊਗਾ।